ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਭੈਣ ਜੀ ਮਨਪ੍ਰੀਤ ਕੌਰ ਅੱਜ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚੇ ਨੇ। ਇਸ ਮੌਕੇ ਤੇ ਉਹਨਾਂ ਨੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋ ਕੇ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤ ਸਿੰਘ ਮਾਨ ਦੀ ਭੈਣ ਮਨਪ੍ਰੀਤ ਕੌਰ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਉਹਨਾਂ ਦੇ ਭਰਾ ਭਗਵੰਤ ਸਿੰਘ ਮਾਨ ਦੇ ਉੱਤੇ ਜ਼ਿੰਮੇਵਾਰੀਆਂ ਜਿਹੜੀਆਂ ਵੀ ਦਿੱਤੀਆਂ ਨੇ, ਮੈਂ ਚਾਹੁੰਦੀ ਹਾਂ ਕਿ ਉਹ ਸਾਰੀਆਂ ਜ਼ਿੰਮੇਵਾਰੀਆਂ ਪੂਰੀਆਂ ਹੋਣ ਅਤੇ ਅੱਜ ਇਸੇ ਕਾਰਜ ਨੂੰ ਲੈ ਕੇ ਮੈਂ ਪਰਮਾਤਮਾ ਦੇ ਘਰੇ ਅਰਦਾਸ ਬੇਨਤੀ ਕਰਨ ਦੇ ਲਈ ਆਈ ਸੀ। ਨਾਲ ਹੀ ਇਸ ਮੌਕੇ ਤੇ ਪੱਤਰਕਾਰਾਂ ਦੇ ਕਈ ਸਿਆਸੀ ਸਵਾਲਾਂ ਦੇ ਪੁੱਛੇ ਹੋਏ ਜਵਾਬ ਤੇ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਇਸ ਮੁਕੱਦਸ ਸਥਾਨ ਤੇ ਮੈਂ ਕੋਈ ਵੀ ਸਿਆਸੀ ਬਿਆਨਬਾਜ਼ੀ ਨਹੀਂ ਕਰਨਾ ਚਾਹੁੰਦੀ। ਹੋਰ ਕੀ ਕੁਝ ਕਿਹਾ ਬੀਬਾ ਮਨਪ੍ਰੀਤ ਕੌਰ ਨੇ, ਆਓ ਸੁਣਦੇ ਆ। ਹੁਣ ਅੱਗੇ ਲਈ ਇਹੀ ਅਰਦਾਸ ਕਰਕੇ ਆਏ ਆ ਕਿ ਜੋ ਜ਼ਿੰਮੇਵਾਰੀਆਂ ਪਾਈਆਂ ਨੇ, ਜੋ ਲੋਕਾਂ ਦੀ ਉਮੀਦਾਂ ਨੇ, ਭਰੋਸਾ ਹੈ, ਉਹਦੇ ਤੇ ਪੂਰਾ ਉਤਰਨ ਦਾ ਪਰਮਾਤਮਾ ਬਲ, ਬੁੱਧੀ, ਉਦਮ ਤੇ ਤੰਦਰੁਸਤੀ ਬਖਸ਼ੇ। ਮੈਮ, ਪੰਜਾਬ ਨੇ ਸੋਚਿਆ ਸੀ ਕਿ ਭਗਵੰਤ ਮਾਨ ਜੀ ਜਿਹੜੇ ਨੇ ਉਹ ਹੀ ਹੋਣੇ ਚਾਹੀਦੇ ਸੀ ਤੇ ਉਹ ਜਿਹੜੀ ਉਮੀਦ ਪੂਰੀ ਹੋਈ ਆ, ਤਾਂ ਅੱਜ ਉਮੀਦਾਂ ਪੰਜਾਬ ਦੇ ਲੋਕਾਂ ਨੇ ਬੜੀਆਂ ਲਗਾਈਆਂ ਹੋਈਆਂ। ਇਹ ਅਰਦਾਸਾਂ ਨੇ ਲੋਕਾਂ ਦੀਆਂ ਤੇ ਲੋਕ ਸਾਥ ਵੀ ਦੇ ਰਹੇ ਨੇ, ਕਿਉਂਕਿ ਲੋਕਾਂ ਨੂੰ ਉਮੀਦ ਹੈ, ਲੋਕਾਂ ਨੂੰ ਭਰੋਸਾ ਹੈ ਕਿ ਸਾਡੀਆਂ ਜਿਹੜੀਆਂ ਮੁਸ਼ਕਲਾਂ ਨੇ, ਜਿਹੜੀਆਂ ਸਾਡੀਆਂ ਜਿਹੜੀਆਂ ਹੁਣ ਤੱਕ ਦੀਆਂ ਅਸੀਂ ਉਮੀਦਾਂ ਲਾਈਆਂ ਸੀ ਸਰਕਾਰਾਂ ਤੋਂ, ਪੂਰੀਆਂ ਨਹੀਂ ਹੋਈਆਂ, ਪਰ ਹੁਣ ਗੁਰੂ ਰਾਮਦਾਸ ਜੀ ਨੇ ਪੂਰੀਆਂ ਕਰਨੀਆਂ ਨੇ। ਅਸੀਂ ਕੁਛ ਨਹੀਂ ਹੈਗੇ, ਭਗਵੰਤ ਮਾਨ ਕੁਛ ਨਹੀਂ ਹੈ, ਅਸੀਂ ਇੱਕ ਆਮ ਘਰ 'ਚੋਂ, ਆਮ ਪਰਿਵਾਰ 'ਚੋਂ, ਅਸੀਂ ਕਦੇ ਸੋਚਿਆ ਨਹੀਂ ਸੀ। ਮਾਲਕ ਨੇ ਏਡੀਆਂ ਵਡਿਆਈਆਂ ਬਖਸ਼ੀਆਂ ਨੇ, ਏਡੀਆਂ ਰਹਿਮਤਾਂ ਬਖਸ਼ੀਆਂ ਨੇ, ਉਹ ਸਾਰਾ ਇਹਨਾਂ ਦੀ ਦੇਣ ਹੈ। ਅਤੇ ਹੁਣ ਇਹੀ ਅਰਦਾਸ ਕਰਦੇ ਹਾਂ ਹਰ ਵਕਤ, ਇਹੀ ਹਰ ਸਾਹ ਨਾਲ ਸ਼ੁਕਰਾਨਾ ਕਰਦੇ ਹਾਂ ਪਰਮਾਤਮਾ ਦਾ ਕਿ ਜਿਹੜੀਆਂ ਵੀ ਉਮੀਦਾਂ ਲੈ ਕੇ ਲੋਕਾਂ ਨੇ ਭਰੋਸਾ ਜਿਤਾਇਆ, ਇਹਨਾਂ 'ਤੇ ਜ਼ਿੰਮੇਵਾਰੀ ਪਾਈ ਹੈ, ਪਰਮਾਤਮਾ ਉਹਨਾਂ ਨੂੰ ਪੂਰਾ ਕਰਨ ਦਾ ਬਲ, ਬੁੱਧੀ, ਉਦਮ ਤੇ ਸ਼ਮਰੱਥ ਬਖਸ਼ੇ। ਇਹ ਹੁਣ ਗੁਰੂ ਘਰ ਹੈ ਜੀ, ਇਹ ਰਾਜਨੀਤੀ ਲਈ ਬਹੁਤ ਹੋਰ ਸਟੇਜਾਂ ਹੁੰਦੀਆਂ ਨੇ, ਆਪਾਂ ਹੁਣ ਇੱਥੇ ਵਸੇ। ਵਿਰੋਧੀਆਂ ਨੂੰ ਵੀ ਕਿਹਾ, ਉਹ ਲੋਕਾਂ ਨੇ ਉਹਨਾਂ ਨੂੰ, ਉਹਨਾਂ ਨੇ ਲੋਕਾਂ ਨੂੰ ਬਹੁਤ ਕੁਛ ਕਹਿਤਾ, ਹੁਣ ਸਾਨੂੰ ਕਹਿਣ ਦੀ ਲੋੜ।